ਮੇਰੇ ਅਦਭੁਤ ਗਵਾਹੀ ਪ੍ਰਭੂ ਨੇ ਮੇਰੇ ਜੀਵਨ ਚ ਦਿੱਤੀ ਹੈ ਯਿਸੂ ਰਾਜ ਦਾ ਧੰਨਵਾਦ ਸ਼ੁਕਰ ਖੁਦਾਵੰਦ ਯਿਸੂ ਮਸੀਹ ਦਾ ਤੁਹਾਨੂੰ ਪਤਾ ਦੋ ਬੇਟੀਆਂ ਦੀ ਮੈਂ ਸ਼ਾਦੀ ਕੀਤੀ ਸੀ ਇੱਕ ਬੇਟੀ ਮੇਰੇ ਕੋਲ ਸੀਗੀ ਉਸ ਬੇਟੀ ਦੇ ਬੱਚਾ ਦਾ ਨੇਚਰ ਸੋਲੀ ਸੀਗੀ ਔਰ ਸੋਲੀ ਸੀ ਇਸ ਤਰ੍ਹਾਂ ਮੈਂ ਖੜੀ ਹੋਈ ਸੀ ਪਾਸਟਰ ਜੀ ਦੁਆ ਕਰੀ ਜਾਂਦੇ ਸੀ ਜੈਂਟ ਡਾਕਟਰ ਜੀ ਤੋਂ ਅਲਟਰਾਸਾਊਂਡ ਕਰਾਇਆ ਉਹਨੇ ਔਰ ਸੋਲੀ ਦੱਸਤੀ ਛੋਟੀ ਬੇਟੀ ਦੇ ਕਹਿੰਦੀ ਇਹਦੇ ਬੱਚਾ ਦਾ ਨੇਚਰ ਸੋਲੀ ਹੈ 6 ਮਹੀਨੇ ਦੀ ਦਵਾਈ ਚੱਲੂਗੀ ਉਸ ਤੋਂ ਬਾਅਦ ਪ੍ਰਭੂ ਕਰੂਗਾ ਸਭ ਕੁਛ ਠੀਕ ਮੈਂ ਕਿਹਾ ਚਲੋ ਠੀਕ ਹੈ ਭੈਣ 6 ਮਹੀਨੇ ਤੋਂ ਦਵਾਈ ਖਾ ਲਈ ਇੱਕ ਵਾਰੀ ਅਸੀਂ ਦਵਾਈ ਲਿਆਏ ਉਸ ਤੋਂ ਬਾਅਦ ਪਾਸਟਰ ਜੀ ਇੱਥੇ ਦੁਆ ਕਰੀ ਜਾਂਦੇ ਸੀ ਕਹਿੰਦੇ ਜਿਹਨਾਂ ਦੇ ਮਤਲਬ ਪੇਟ 'ਚ ਸੋਲੀਆਂ ਜਾਂ ਕੁਛ ਵੀ ਹੈ ਗਾਂਠੇ ਆ ਜਿਹੜੀ ਵੀ ਕੁਛ ਹੈਗਾ ਉਹ ਚੀਜ਼ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਬਾਹਰ ਅੱਜ ਨਿਕਲੀ ਜਾ ਰਹੀ ਹਾਂ ਮੈਂ ਰਿਸੀਵ ਕੀਤਾ ਮੈਂ ਉੱਥੇ ਖੜੀ ਮੈਂ ਕਿਹਾ ਯਿਸੂ ਰਾਜਾ ਮੇਰੀ ਬੇਟੀ ਤਾਂ ਇਸ ਟਾਈਮ ਕੋਲ ਨਹੀਂ ਗਈ ਪਰ ਮੇਰੀ ਬੇਟੀ ਕਰ ਰਹੀ ਆ ਪਰ ਮੈਂ ਉਹਦੀ ਜਗ੍ਹਾ 'ਤੇ ਆਪਣੇ ਪੇਟ 'ਤੇ ਹੱਥ ਲਾਉਂਦੀ ਹਾਂ ਔਰ ਸੋਲੀ ਇਸ ਟਾਈਮ ਨਿਕਲ ਜਾਏ ਜਿਵੇਂ ਪ੍ਰਭੂ ਦੇ ਦਾਸ ਨੇ ਦੁਆ ਕੀਤੀ ਮੈਂ ਉਹ ਪੇਟ 'ਤੇ ਹੱਥ ਲਾ ਲਿਆ ਜਦੋਂ 3 ਮਹੀਨਿਆਂ ਬਾਅਦ ਅਸੀਂ ਚੈੱਕ ਕਰਾਇਆ ਮੈਂ ਕਿਹਾ ਲੈ ਹੁਣ ਤਾਂ ਇਹਦੇ ਬੱਚਾ ਕਿਵੇਂ ਹੋਊਗਾ ਔਰ ਸੋਲੀ ਵੀ ਹੈਗੀ ਆ ਨੇ ਆਪਦੇ ਘਰ ਵੀ ਜਾਣਾ ਇਸ ਕੁੜੀ ਨੇ ਮਤਲਬ ਕਿਵੇਂ ਹੋਊਗਾ ਇਹ ਸਾਰਾ ਕੰਮ ਪ੍ਰਭੂ ਦਾ ਧੰਨਵਾਦ ਹੋ ਪ੍ਰਭੂ ਦਾ ਸ਼ੁਕਰ ਹੈ ਅੱਜ ਉਹ ਬੱਚੀ ਮਾਂ ਬਣਨ ਵਾਲੀ ਹੈ ਸੋਲੀ ਹਟਾ ਕੇ ਬੱਚਾ ਦੇਤਾ ਉਹਨੂੰ ਕੋਟੀ ਕੋਟੀ ਧੰਨਵਾਦ ਔਰ ਪਾਸਟਰ ਜੀ ਦਾ ਵੀ ਧੰਨਵਾਦ ਜਿਹੜੇ ਆਹਾਂ ਭਰ ਕੇ ਸਾਡੇ ਲਈ ਦੁਆ ਕਰਦੇ ਆ ਪ੍ਰਭੂ ਜੀ ਪਾਸਟਰ ਜੀ ਨੂੰ ਵੀ ਸੁੱਖ ਸ਼ਾਂਤੀ ਦੇਣ ਔਰ ਆਪਦੇ ਖੂਹ ਦੇ ਥੱਲੇ ਛੁਪਾ ਕੇ ਰੱਖਣ ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਔਰ ਮੇਰੇ ਇੱਕ ਗਵਾਹੀ ਹੋਰ ਹੈ ਮੇਰੇ ਰੋਜ਼ਗਾਰੀ ਦੇ ਪੈਸੇ ਨਹੀਂ ਆਏ ਜਾਂਦੇ ਸੀ ਮੈਂ ਪਾਸਟਰ ਜੀ ਕੋਲ ਦੁਆ ਕਰਾਈ ਬ੍ਰੇਕ ਟਾਵਰ ਤੋਂ ਪ੍ਰਾਰਥਨਾ ਕਰਾਈ ਭੈਣ ਭਰਾਵਾਂ ਨੇ ਪ੍ਰਾਰਥਨਾ ਕੀਤੀ ਉਹ ਪਾਸਟਰ ਮੇਰੇ ਪੈਸੇ ਵੀ 1200 ਰੁਪਇਆ ਰੋਜ਼ਗਾਰੀ ਦਾ ਆ ਗਿਆ ਪ੍ਰਭੂ ਦਾ ਧੰਨਵਾਦ ਔਰ ਸ਼ੁਕਰ ਹੈ ਖੁਦਾ